ਨੂੰ ਤਾਂਖਾਂ ਤਾਨਾਂ ਨੂੰ ਤਾਲਣਾ ਕਰਦਾ ਵੀ ਪੁੱਤ ਤੁਹਾਡਾ ਵੀ ਹਸ਼ਰ ਇਹੀ ਹੋਊਗਾ, ਨਹੀਂ ਬੰਦੇ ਦੇ ਪੁੱਤ ਬਣ ਕੇ ਇਲਾਕਾ ਛੱਡ ਜਾਓ, ਪੰਜਾਬ ਛੱਡ ਜਾਓ, ਨਹੀਂ ਸਿੱਧੇ ਰਾਹ ਤੇ ਆ। ਬਿਲਕੁਲ ਇਸ ਚੇਤਾਵਨੀ ਨੂੰ ਸੀਰੀਅਸ ਢੰਗ ਨਾਲ ਲਿਆ ਜਾਵੇ। ਇਹ ਚੇਤਾਵਨੀ ਬਿਲਕੁਲ 100% ਹੁਣ ਤੋਂ ਪਹਿਲੇ ਮੁੱਖ ਮੰਤਰੀਆਂ ਨੂੰ ਵੀ ਦੇਣੀ ਚਾਹੀਦੀ ਸੀ, ਕਿਉਂਕਿ ਅਗਰ ਕੋਈ ਮਿਹਨਤ ਦੀ ਕਮਾਈ ਲੈ ਕੇ ਸੜਕ 'ਤੇ ਜਾ ਰਿਹਾ, ਆਪਦੀ ਗੱਡੀ ਲੈ ਕੇ ਜਾ ਰਿਹਾ, ਜਾਂ ਆਪਦਾ ਲਹੂ ਪਸੀਨੇ ਨਾਲ ਕਮਾਇਆ ਹੋਇਆ ਧਨ ਲੈ ਕੇ ਜਾ ਰਿਹਾ, ਉਹਨੂੰ ਖੋਹ ਲੈਣਾ ਜ਼ਬਰਦਸਤੀ, ਮੈਂ ਸਮਝਦਾ ਇਹ ਪੰਜਾਬ ਦੇ ਵਿੱਚ ਬਿਲਕੁਲ ਹੀ ਬਰਦਾਸ਼ਤ ਨਹੀਂ ਕੀਤਾ ਜਾਊਗਾ। ਸਰ ਇਹ ਵੀ ਜਿਹੜਾ ਲੁੱਟਾਂ ਖੋਹਾਂ ਕਰਦੇ ਉਹਨਾਂ ਨੂੰ ਵੀ ਚੇਤਾਵਨੀ ਦੇ ਦਿੱਤੀ ਕਿ ਵੀ ਅਗਲੇ ਚੌਂਕ ਪਹੁੰਚੋਗੇ ਕਿ ਨਹੀਂ ਪਹੁੰਚੋਗੇ? ਉਹਦਾ ਮਤਲਬ ਮੈਨੂੰ ਦੱਸਣ ਦੀ ਲੋੜ ਨਹੀਂ, ਉਹਦਾ ਮਤਲਬ ਤੁਸੀਂ ਆ ਜਿਹੜੇ ਪਿੱਛੇ ਕੰਮ ਹੋਏ ਨੇ ਉਹਨਾਂ ਤੋਂ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਬੇਬਾਕੀ ਨਾਲ ਜਿਹੜਾ ਸਾਡੇ ਪੁਲਿਸ ਮੁਲਾਜ਼ਮਾਂ 'ਤੇ ਫਾਇਰ ਕਰੂਗਾ, ਜੇ ਇੱਕ ਫਾਇਰ ਕਰੂਗਾ ਉੱਧਰੋਂ 10 ਫਾਇਰ ਉਹਨਾਂ ਦੇ ਬਰਾਬਰ ਜਾਣਗੇ। ਸਰ ਇੱਕ ਲੁਧਿਆਣੇ ਦੇ ਵਿੱਚ ਲੁੱਟਾਂ ਖੋਹਾਂ ਹੁੰਦੀਆਂ, ਉਹਨਾਂ ਨੂੰ ਲੁਧਿਆਣੇ ਵਾਸੀਆਂ ਨੂੰ ਕੀ ਕਹਿੰਦੇ? ਲੁਧਿਆਣਾ ਨਿਵਾਸੀਆਂ ਨੂੰ ਸਪੈਸ਼ਲ ਤੌਰ 'ਤੇ ਮੈਂ ਹਲਕਾ ਆਤਮਨਗਰ ਦੇ ਲਟੇਰਿਆਂ ਨੂੰ ਲੁੱਟਾਂ ਖੋਹਾਂ ਕਰਨ ਵਾਲਿਆਂ ਨੂੰ ਤਾਲਣਾ ਕਰਦਾ ਵੀ ਪੁੱਤ ਤੁਹਾਡਾ ਵੀ ਹਸ਼ਰ ਇਹੀ ਹੋਊਗਾ, ਨਹੀਂ ਬੰਦੇ ਦੇ ਪੁੱਤ ਬਣ ਕੇ ਇਲਾਕਾ ਛੱਡ ਜਾਓ, ਪੰਜਾਬ ਛੱਡ ਜਾਓ, ਨਹੀਂ ਸਿੱਧੇ ਰਾਹ 'ਤੇ ਆ ਜਾਓ। ਸਰ ਇਹ ਵੀ ਥਾਣਿਆਂ ਦੇ ਵਿੱਚ ਇਹ ਇਤਲਾਹ ਦਿੱਤੀ ਜਾਊਗੀ ਜਿਹੜੀ ਸਿਫਾਰਸ਼ਾਂ ਆ ਜਾਂਦੀਆਂ ਨੇ ਵੀ ਇਸ ਬੰਦੇ ਨੂੰ ਪਾਵਰ ਹੋ ਜਾਂਦੀ, MLA ਦੀ ਹੋ ਜਾਂਦੀ, ਕਿਤੇ ਵਿਧਾਇਕ ਦੀ ਪਾਵਰ ਹੋ ਜਾਂਦੀ? ਸਾਡਾ ਮੈਂ ਤੁਹਾਨੂੰ ਇਸ ਮਾਧਿਅਮ ਰਾਹੀਂ ਕਲੀਅਰ ਕਰਨਾ ਚਾਹੁੰਦਾ ਵੀ ਆਮ ਆਦਮੀ ਪਾਰਟੀ ਦਾ ਕੋਈ MLA ਕੋਈ ਮੰਤਰੀ ਅੱਜ ਤੱਕ ਕਿਸੇ ਥਾਣੇ ਵਿੱਚ ਫੋਨ ਨਹੀਂ ਕਰਦਾ ਵੀ ਜਾਂ ਚਿੱਟੇ ਵਾਲਾ ਛੱਡ ਦਿਓ, ਜਾਂ ਕੋਈ ਗੈਂਗਸਟਰ ਛੱਡ ਦਿਓ, ਜਾਂ ਕੋਈ ਲੁੱਟਾਂ ਖੋਹਣ ਵਾਲਾ ਛੱਡ ਦਿਓ। ਅਗਰ ਤੁਹਾਡੇ ਧਿਆਨ ਦੇ ਵਿੱਚ ਇਹੋ ਜਿਹੀ ਕੋਈ ਗੱਲ ਆਵੇ ਤਾਂ ਮੈਨੂੰ ਜ਼ਰੂਰ ਦੱਸਿਓ, ਮੈਂ ਮੁੱਖ ਮੰਤਰੀ ਸਾਹਿਬ ਤੱਕ ਪਹੁੰਚਾਉਣ ਦੀ ਮੇਰੀ ਜ਼ਿੰਮੇਵਾਰੀ। ਸਰ ਤੁਸੀਂ ਕੱਲ੍ਹ ਮਜੀਦ ਅਗਰ ਲੋਕਾਂ ਨੂੰ ਕਿਹਾ ਕਿ ਲਿਫਟ ਦਿਓ ਲੋਕਾਂ ਜਾਂ ਨਸ਼ੇ ਵੇਚਦੇ, ਮੈਂ ਕਾਰ ਵੀ ਸਾਫ ਕਰਾਊਂਗਾ। ਬਿਲਕੁਲ, ਕੱਲ੍ਹ ਜਿਹੜੀ ਗੁਪਤ ਰੂਪ ਵਿੱਚ, ਕਿਉਂਕਿ ਲੋਕ ਜਿਹੜਾ ਆਮ ਬੰਦਾ ਹੁੰਦਾ ਨਾ ਨਾਗਰਿਕ ਉਹ ਡਰ ਜਾਂਦਾ, ਕਾਫੀ ਲੋਕਾਂ ਨੇ ਉਹਨਾਂ ਦੇ ਮੈਨੂੰ ਨਾਂ ਦਿੱਤੇ ਨੇ, ਹੁਣ ਮੈਂ ਤਹਿਕੀਕਾਤ ਵੀ ਕਰੂੰਗਾ। ਕਈ ਵਾਰੀ ਬੰਦੇ ਗੁਆਂਢੀ ਨਾਲ ਲਾਗ ਡਾਟ ਵੀ ਕੱਢਦੇ ਆ, ਉਹਦੀ ਤਹਿਕੀਕਾਤ ਕਰਕੇ ਜਿਹੜੇ ਅਸਲ ਵਿੱਚ ਹੋਏ 2 ਦਿਨ ਉਹਨਾਂ ਦੀ CID ਵੀ ਕਰਾਵਾਂਗੇ ਅਤੇ ਉਹ ਜਲਦੀ ਤੁਹਾਨੂੰ ਦੱਸਾਂਗੇ ਵੀ ਆਹ ਬੰਦੇ ਅਸਲੀ ਸੀ, ਫੜ ਕੇ ਜੇਲ੍ਹਾਂ ਪਿੱਛੇ ਦਿੱਤੇ। ਸਰ ਮਨਜੀਤ ਨਗਰ 'ਚ ਇੰਨੀਆਂ ਕੁ ਮੌਤਾਂ ਹੋ ਗਈਆਂ ਕਿ ਨੌਜਵਾਨਾਂ ਦੀਆਂ ਚਿੱਟੇ ਦੇ ਨਾਲ ਜਾਂ ਨਸ਼ੇ ਦੇ ਨਾਲ, ਮਾਵਾਂ ਜਿਹੜੀਆਂ ਨੇ ਰੋਂਦੀਆਂ, ਕਈ ਘਰਾਂ ਦੇ ਵਿੱਚ ਤਾਂ ਕੋਈ ਵੀ ਜਿਹੜਾ ਬੱਚਾ ਬਚਿਆ ਹੀ ਨਹੀਂ ਹੈਗਾ। ਹਾਂ, ਤੁਹਾਨੂੰ ਪਤਾ ਹੋਣਾ ਜਦੋਂ ਨਵੀਂ ਸਰਕਾਰ ਬਣੀ ਸੀ ਤਾਂ ਮੈਂ ਉਸ ਸਮੇਂ ਦੇ ਪੁਲਿਸ ਕਮਿਸ਼ਨਰ ਸ਼੍ਰੀ ਕੌਸਤਵ ਸ਼ਰਮਾ ਜੀ ਸਮੁੱਚੇ ਅਧਿਕਾਰੀ ਲੈ ਕੇ 200 ਬੰਦੇ ਨਾਲ ਜਿਹੜਾ ਅਸੀਂ ਸਰਚ ਅਭਿਆਨ ਕਰਿਆ ਸੀ, ਪਰ ਦੁੱਖ ਦੀ ਗੱਲ ਕਹਿਣਾ ਉਦੋਂ ਲੋਕ ਜਿਹੜੇ ਨੇ ਪੁਲਿਸ ਦਾ ਸਾਡਾ ਸਾਥ ਨਹੀਂ ਦਿੰਦੇ ਅਤੇ ਜਦੋਂ ਕੋਈ ਘਟਨਾ ਹੁੰਦੀ ਹੈ ਤਾਂ ਫਿਰ ਉਹ ਕਹਿੰਦੇ ਆ ਵੀ ਯਾਰ ਇਹਨਾਂ ਨੂੰ ਫੜਿਆ ਜਾਵੇ। ਤਾਂ ਅਸੀਂ ਕੱਲ੍ਹ ਇੱਕ ਸਕੂਲ ਦੇ ਉਦਘਾਟਨ ਕਰੇ ਗਏ ਸੀ ਤਾਂ ਬਾਹਰ ਵੱਡੀ ਗਿਣਤੀ ਵਿੱਚ ਨੌਜਵਾਨ ਮਾਤਾਵਾਂ ਬਹਿ ਗਈਆਂ ਸੀ, ਤਾਂ ਮੈਂ ਉਹਨਾਂ ਦੇ ਵਿੱਚ ਹੀ ਬੈਠ ਕੇ ਗੱਲਬਾਤ ਸਾਰੀ ਸੁਣੀ ਹੈ। ਤਾਂ ਉੱਥੋਂ ਗੱਲਾਂ ਜੋ ਸਾਹਮਣੇ ਆਈਆਂ ਨੇ, ਮਨਜੀਤ ਨਗਰ ਦੇ ਬੰਦੇ ਘੱਟ ਨੇ, ਬਾਹਰੀ ਏਰੀਆ 'ਚੋਂ ਪਰਲੇ ਪਾਸੇ ਜਿਹੜਾ ਲੈਣਾ ਪਾਰ ਏਰੀਆ ਉੱਧਰੋਂ ਲੋਕ ਆ ਕੇ ਨਸ਼ਾ ਵੇਚ ਕੇ ਜਾਂਦੇ ਨੇ। ਅਤੇ ਮੈਂ ਤੁਹਾਡੇ ਇਸ ਮਾਧਿਅਮ ਨੇ ਤਾਲਣਾ ਵੀ ਕਰਨਾ ਵੀ ਆਤਮ ਨਗਰ ਦੇ ਵਿੱਚ ਜਿਹੜਾ ਨਸ਼ਾ ਵਿਕਣਾ ਬਿਲਕੁਲ ਬਰਦਾਸ਼ਤ ਹੀ ਨਹੀਂ ਕੀਤਾ ਜਾਊਗਾ। ਤੁਸੀਂ ਜੋ ਮਾਵਾਂ ਦੇ ਪੁੱਤ ਮਾਰਨੇ ਸੀ, ਪੰਜਾਬ ਦਾ ਜਿਹੜਾ ਭੈਣਾਂ ਦਾ ਸੁਹਾਗਣ ਦਾ ਸੁਹਾਗ ਵਾਲਣਾ ਸੀ, ਬੱਚਿਆਂ ਦੇ ਸਿਰਾਂ ਤੋਂ ਮਾਂ ਬਾਪ ਦਾ ਸਾਇਆ ਚੱਕਣਾ ਸੀ, ਉਹ ਚੱਕਦਾ ਹੁਣ ਇਹ ਗੱਲ ਬਿਲਕੁਲ ਬਰਦਾਸ਼ਤ ਹੀ ਨਹੀਂ ਕੀਤੀ ਜਾਊਗੀ। ਤੁਹਾਡੇ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੈਂ ਤਾੜਨਾ ਦਿੰਦਾ। ਸਰ ਮੌਕੇ ਦੇ ਉੱਤੇ ਪੁਲਿਸ ਨੂੰ ਦਿਖਾਇਆ ਵੀ ਗਿਆ ਸੀ, ਉੱਥੇ ਕੁੰਡੀਆਂ ਵੀ ਸੀ ਅਤੇ ਇੰਜੈਕਸ਼ਨ ਵਗੈਰਾ ਸਾਰਾ ਕੁਛ ਸੀ, ਉਹ ਕਹਿੰਦੇ ਅਸੀਂ ਗਸ਼ਤ ਕਰਦੇ, ਲੇਕਿਨ ਜੇ ਗਸ਼ਤ ਕਰਦੇ ਤਾਂ ਉੱਥੇ ਇੰਨਾ ਕੁੰਡੀਆਂ ਇੰਜੈਕਸ਼ਨ? ਦੇਖੋ, ਗਸ਼ਤ ਜਦੋਂ ਮੈਂ ਗਿਆ ਉਸ ਸਮੇਂ ਵੀ ਜਿਹੜਾ ਮੋਟਰਸਾਈਕਲ ਸੀਗਾ ਉਹ ਨਿਰੰਤਰ ਬੰਦੇ ਆਪਣੀ ਗਸ਼ਤ ਕਰ ਰਹੇ ਸੀ। ਇੱਕ ਮੋਟਰਸਾਈਕਲ ਮੈਂ ADSP ਸਾਹਿਬ ਨੂੰ ਕਹਿ ਕੇ ਹੋਰ ਮੰਗਿਆ ਤਾਂ ਕਿ ਉੱਥੇ ਲਗਭਗ ਘੰਟੇ ਅੱਧੇ ਘੰਟੇ ਬਾਅਦ ਹੀ ਜਿਹੜਾ ਪੁਲਿਸ ਦਾ ਜਿਹੜਾ ਹੈਗਾ ਮੋਟਰਸਾਈਕਲ ਉੱਥੇ ਆ। ਸਰ ਲੱਗਦਾ ਨਹੀਂ ਜਿੱਦਾਂ ਆਪਾਂ ਪੰਜਾਬ ਨੂੰ ਜੇ ਬਚਾਈਏ, ਲੁਧਿਆਣੇ ਨੂੰ ਬਚਾਈਏ ਅਤੇ ਸਾਰੇ ਵਿਧਾਇਕ ਇਕੱਠੇ ਹੋ ਗਏ, ਕਿ ਫੈਸਲਾ ਕੀਤਾ ਜਾਵੇ? ਮੈਂ ਕਹਿੰਦਾ ਮੈਂ ਤਾਂ 24 ਘੰਟੇ ਇਸ ਕੰਮ ਲਈ ਤਿਆਰ ਹਾਂ, ਕਿਉਂਕਿ ਅਸੀਂ ਮਤਲਬ ਜਿੱਦਾਂ ਕਸਮ ਚੱਕੀ ਸੀ ਕਿ ਅਸੀਂ ਆਪਣੇ ਜਿਹੜਾ ਉਹਦੇ ਪ੍ਰਤੀ ਵਫ਼ਾਦਾਰ ਰਹਾਂਗੇ, ਸਾਫ਼ ਸੁਥਰੇ ਰਹਾਂਗੇ, ਉਹ ਮੈਂ ਹਰ ਵਕਤ ਤਿਆਰ ਹਾਂ।
ਉਹਦੇ ਲਈ ਜੋ ਵੀ ਕਰਨਾ ਪਊਗਾ ਕੁਲਵੰਤ ਸਿੰਘ ਸਿੱਧੂ ਸਦਾ ਤਿਆਰ। ਸਰ ਨੌਜਵਾਨ ਕੁਝ ਭੜਕੇ ਹੋਏ ਨੇ ਜਾਂ ਜਿਨ੍ਹਾਂ ਨੂੰ ਸਹਾਇਤਾ ਦੀ ਲੋੜ ਆ ਜਾਂ ਦਵਾਈ ਦੀ ਲੋੜ ਆ? ਅਗਰ ਜਿਹੜਾ ਵੀ ਨੌਜਵਾਨ ਨਸ਼ਾ ਛੱਡਣਾ ਚਾਹੁੰਦਾ, ਜਿਵੇਂ ਕੱਲ੍ਹ ਦੇ ਜਦੋਂ ਦੀ ਉਹ ਵੀਡੀਓ ਚੱਲੀ ਹੈ ਉਦੋਂ ਦੇ ਕਾਫੀ ਨੌਜਵਾਨਾਂ ਦੇ ਫੋਨ ਆ ਰਹੇ ਨੇ। ਕੱਲ੍ਹ ਵੀ ਇੱਕ ਦੀਪ ਹੋਸਪਿਟਲ ਕੋਲ ਮੁੰਡਾ ਨਸ਼ਾ ਕਰਦਾ ਰੰਗੇ ਇੱਥੇ ਸਾਡੇ ਵਲੰਟੀਅਰਾਂ ਨੇ ਫੜ ਲਿਆ ਸੀ, ਤਾਂ ਮੇਰੇ ਨਾਲ ਉਹਨੇ ਫੋਨ 'ਤੇ ਗੱਲ ਕਰਾਈ ਤਾਂ ਉਹਨੇ ਕਿਹਾ ਵੀ ਹਾਂ ਮੈਂ ਨਸ਼ਾ ਕਰਦਾ, ਮੇਰੀ ਜਾਨ ਤੁਸੀਂ ਸਿੱਧੂ ਸਾਹਿਬ ਬਚਾ ਲਓ ਅਤੇ ਉਹਨੂੰ ਅਸੀਂ ਕੱਲ੍ਹ ਨੂੰ ਦਾਖਲ ਕਰਵਾ ਰਹੇ ਹਾਂ ਅਤੇ ਦਾਖਲ ਕਰਾ ਕੇ ਉਹਦੀ ਵੀਡੀਓ ਵੀ ਬਣਾਵਾਂਗੇ ਤਾਂ ਕਿ ਉਹ ਲੋਕਾਂ ਨੂੰ ਹੋਰਾਂ ਨੌਜਵਾਨਾਂ ਨੂੰ ਮੈਸੇਜ ਦੇ ਸਕੇ ਵੀ ਇਹਦੇ ਵਿੱਚੋਂ ਬੱਚਾ ਜਾ ਸਕਦਾ ਜੇ ਤੁਹਾਡਾ ਜਿਹੜਾ ਦਰ ਨਿਸ਼ਚਾ ਹੈ। ਪੂਰੇ ਲੁਧਿਆਣੇ ਦਾ, ਪੂਰੇ ਪੰਜਾਬ ਦਾ, ਕਿਉਂਕਿ ਮੁੱਖ ਮੰਤਰੀ ਸਾਹਿਬ ਇਸ ਗੱਲ ਲਈ ਵਚਨਬੱਧ ਨੇ, ਸੁਹਿਰਦ ਨੇ ਕਿ ਨਸ਼ਾ ਖਤਮ ਕਰਨਾ। ਪਰ ਮੈਂ ਤੁਹਾਡੇ ਮਾਧਿਅਮ ਨੇ ਪੰਜਾਬੀਆਂ ਨੂੰ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਪੰਜਾਬੀਓ ਤੁਹਾਨੂੰ ਜਾਗਣਾ ਪੈਣਾ। ਅਗਰ ਇਕੱਲਾ ਭਗਵੰਤ ਸਿੰਘ ਮਾਨ ਜਾਂ ਇਕੱਲਾ ਕੁਲਵੰਤ ਸਿੰਘ ਸਿੱਧੂ ਕੁਛ ਨਹੀਂ ਕਰ ਸਕਦਾ, ਤੁਸੀਂ ਸਾਡਾ ਸਾਥ ਦਿਓ। ਕੋਈ ਅਜਿਹਾ ਕੰਮ ਨਹੀਂ ਜਿਹਨੂੰ ਪੰਜਾਬੀ ਨਹੀਂ ਕਰ ਸਕਦਾ। ਅਸੀਂ ਤੁਹਾਡੇ ਵਾਸਤੇ ਸਦਾ ਹਾਜ਼ਰ।